ਵੀਵਰ ਮੈਂ ਕਿੱਥੇ ਜਾ ਰਿਹਾ ਸਫ਼ਰ ਤੇ ਤੇ ਦੁਆ ਕਰਿਓ ਕਿ ਖੈਰ ਖਰੀਦ ਨਾਲ ਜਾਈਏ ਤੇ ਖੈਰ ਖਰੀਦ ਨਾਲ ਆਈਏ। ਹਾਂਜੀ, ਧੁੰਦ ਨਜ਼ਰ ਆ ਰਹੀ ਹੈ, ਧੁੰਦ ਨੂੰ ਤਰਸ ਗਿਆ ਸੀ ਵੈਸੇ ਤੇ ਅੱਜ ਨਜ਼ਰ ਆ ਗਈ ਹੈ ਧੁੰਦ। ਮੈਂ ਡਰਾਈਵ ਕਰ ਰਿਹਾ ਤੇ ਸ਼ਾਇਦ ਸਹੀ ਤਰ੍ਹਾਂ ਨਾ ਦਿਖਾ ਸਕਾਂ, ਬੜੀ ਧੁੰਦ ਪੈ ਰਹੀ ਹੈ ਜੀ। ਵੀਵਰ ਅੱਜ ਪਹਿਲੀ ਵਾਰੀ ਜ਼ਿੰਦਗੀ 'ਚ ਕਰੇਲੇ ਬਣਾਉਣ ਲੱਗਿਆ ਤੇ ਦੁਆ ਕਰੋ ਕਿ ਸਹੀ ਸਹੀ ਬਣ ਜਾਣ। ਪਤਾ ਨਹੀਂ ਕਿਵੇਂ ਬਣਾਈ ਦੇ, ਚਲੋ ਕੁਛ ਤਾਂ ਕਰਾਂਗੇ ਨਾ ਅੱਜ। ਫਿਰ ਵੀਰ ਸਾਲਨ ਤਾਂ ਗਿਆ ਪੱਕ, ਲੇਕਿਨ ਮੈਨੂੰ ਲੱਗਦਾ ਉਹਦੇ ਵਿੱਚ ਕਰੇਲੇ ਹਜੇ ਥੋੜ੍ਹੇ ਥੋੜ੍ਹੇ ਨਾ ਕੱਚੇ ਰਹਿ ਗਏ ਆ, ਅਤੇ ਮੈਂ ਤੁਹਾਨੂੰ ਦਿਖਾਉਂਦਾ, ਥੋੜ੍ਹੇ ਵਿਜ਼ਿਟ ਕਰਾਵਾਂ ਕਿਵੇਂ ਬਣਿਆ ਪਿਆ ਸਾਲਨ। ਆਹ ਦੇਖੋ ਜੀ, ਆ ਰਿਹਾ ਨਜ਼ਰ। ਅੱਛਾ ਜੀ, ਮੈਂ ਹੋਰ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਇਹਦੇ ਵਿੱਚ ਮੈਂ ਇੱਕ ਆਲੂ ਪਾ ਦਿੱਤਾ। ਪਤਾ ਨਹੀਂ ਕਿਵੇਂ ਦੀ ਡਿਸ਼ ਬਣੀ ਪਈ ਹੈ, ਆਲੂ ਪੱਕ ਗਿਆ, ਗੋਸ਼ਤ ਵੀ ਪੱਕ ਗਿਆ, ਕਰੇਲੇ ਥੋੜ੍ਹੇ ਥੋੜ੍ਹੇ ਕੱਚੇ ਆ। ਚਲੋ ਸੁਬਹ ਨਾਸ਼ਤਾ ਕਰਾਂਗੇ, ਹੁਣ ਤਾਂ ਵੈਸੇ ਖਾ ਲਿਆ ਸੀ ਖਾਣਾ, ਹਾਂ ਰਾਤ ਵੀ ਖੜੀ, ਹੁਣ ਤਾਂ 10 ਵਜੇ ਖੜੇ ਆ, ਅਤੇ ਸੁਬਹਾ ਇਹਨੂੰ ਨਾਸ਼ਤੇ ਟਾਈਮ ਚੈੱਕ ਕਰਾਂਗੇ ਕਿ ਕਿਵੇਂ ਬਣਿਆ, ਅਗਰ ਕੱਚੇ ਹੋਏ ਕਰੇਲੇ ਤਾਂ ਫਿਰ ਇਹਦਾ ਕੋਈ ਹੱਲ ਸੋਚਾਂਗੇ। ਠੀਕ ਹੈ, ਇੱਥੇ ਕਰਦੇ ਹਾਂ ਅੱਜ ਦੀ ਵੀਡੀਓ ਦਾ ਐਂਡ। ਉਮੀਦ ਕਰਨਾ ਅੱਜ ਦੀ ਵੀਡੀਓ ਅੱਛੀ ਲੱਗੀ, ਅਗਰ ਅੱਛੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਧੁੰਦ ਵਾਲਾ ਸੀਨ ਕੀ ਸੀ, ਮੈਂ ਗਿਆ ਸੀ ਜੀ ਮੱਕੇ ਸਾਈਡ ਵੱਲ, ਤਾਇਫ ਤੋਂ ਮੱਕੇ ਸਾਈਡ ਵੱਲ ਗਿਆ ਸੀ, ਅਤੇ ਅਲਹੱਦਾ ਹੈਗਾ ਜੀ ਪਹਾੜੀ ਇਲਾਕਾ, ਇੰਜੀ 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 ਵਾਲਾ ਰੋਡ ਹੈਗਾ। ਠੀਕ ਹੈ, ਅਤੇ ਉੱਥੇ ਧੁੰਦ ਪੈ ਰਹੀ ਸੀ, ਉੱਥੇ ਮੈਂ ਜਿਹੜੀ ਧੁੰਦ ਵਾਲੀ ਵੀਡੀਓ ਥੋੜ੍ਹੀ ਤੁਹਾਨੂੰ ਦਿਖਾਈ ਹੈ ਨਾ, ਉੱਥੇ ਬਣਾ ਕੇ ਆਇਆ ਸੀ। ਜਿੱਥੇ ਰਹੋ ਖੁਸ਼ ਰਹੋ, ਖੁਸ਼ੀਆਂ ਵੰਡੋ, ਅਤੇ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਤੱਕ। ਅੱਲਾ ਹਾਫਿਜ਼।